ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਡਾਕਟਰ ਅਸ਼ਿੰਦਰ ਕੌਰ ਪੂਰੀ ਤਫਸੀਲ ਦੇ ਨਾਲ ਦੱਸ ਰਹੀ ਹੈ ਕਿ IVF ਕਾਨੂੰਨ ਦੇ ਵਿੱਚ ਏਜ ਦੀ ਲਿਮਿਟ 21 ਸਾਲ ਤੋਂ 50 ਸਾਲ ਤੱਕ ਦੀ ਕਿਉਂ ਰੱਖੀ ਗਈ ਹੈ। ਬਾਪੂ ਬਲਕੌਰ ਸਿੰਘ ਸਿੱਧੂ ਦੇ ਜਿਹੜਾ ਬੱਚਾ ਪੈਦਾ ਹੋਇਆ ਹੈ ਉਹਦੇ ਉੱਪਰ ਜਿਹੜੇ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਆ ਮੀਡੀਆ ਦੇ ਵਿੱਚ, ਉਹ ਸਾਰੇ ਸਵਾਲਾਂ ਦੇ ਉੱਪਰ ਪੂਰੀ ਤਫਸੀਲ ਦੇ ਨਾਲ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ। ਸੋ ਚੱਲ ਗਈ ਵੀਡੀਓ ਦੇਖਦੇ ਹਾਂ, ਇਸ ਦੇ ਬਾਰੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਤਖ਼ਤ ਪੰਜਾਬ ਦੇ ਨਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਜੋ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਮੀਡੀਆ ਦੇ ਵਿੱਚ ਨਸ਼ਰ ਕੀਤੀ ਗਈ ਰਿਪੋਰਟ ਕਿ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਦੇ ਵੱਲੋਂ, ਮਤਲਬ ਇਸ ਕਿਸਮ ਦੇ ਨਾਲ ਜਾਂ ਪ੍ਰਸ਼ਾਸਨ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੋ ਉਹ ਕਹਿ ਰਹੇ ਨੇ, ਅਤੇ ਜੋ ਦੂਜੇ ਪਾਸਿਓਂ ਗੌਰਮੈਂਟ ਆਫ ਇੰਡੀਆ ਦੇ ਹੈਲਥ ਡਿਪਾਰਟਮੈਂਟ ਦੇ ਵੱਲੋਂ ਜੋ ਪਿਛਲੇ ਦਿਨਾਂ ਦੇ ਵਿੱਚ ਪੱਤਰ ਜਾਰੀ ਹੋਇਆ ਸੀ ਉਹਨੂੰ ਆਧਾਰ ਬਣਾ ਕੇ ਅਸੀਂ ਚਰਚਾ ਨੂੰ ਅੱਗੇ ਵਧਾਵਾਂਗੇ, ਕਿਉਂਕਿ IVF ਟੈਕਨੀਕ ਜਾਂ ਜਿਸ ਵੀ ਢੰਗ ਦੇ ਨਾਲ ਜੋ ਉਸ ਪਰਿਵਾਰ ਨੂੰ ਬੱਚੇ ਦੀ ਦਾਤ ਮਿਲੀ ਆ ਉਸ ਨੂੰ ਲੈ ਕੇ ਬਹੁਤ ਤਰੀਕੇ ਦੇ ਸਵਾਲ ਉੱਠ ਰਹੇ ਨੇ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਬਹੁਤ ਧੰਨਵਾਦ ਸੁਖਵਿੰਦਰ ਜੀ, ਸਾਰੇ ਜਿਹੜੇ ਸੁਣ ਵੇਖ ਸਕਦੇ ਨੇ ਸਭਨਾਂ ਨੂੰ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਭ ਤੋਂ ਪਹਿਲਾਂ IVF ਜਾਂ ਬੱਚੇ ਦੇ ਹੋਣ ਨੂੰ ਲੈ ਕੇ ਜਿਹੜੇ ਲੀਗਲ ਤੇ ਇਲੀਗਲ, ਕਾਨੂੰਨੀ ਤੇ ਗੈਰ ਕਾਨੂੰਨੀ ਹੋਣ ਨੂੰ ਲੈ ਕੇ ਸਵਾਲ ਉੱਠ ਰਹੇ ਨੇ, ਤੇ ਜੋ ਕੁਝ ਮਿਨਿਸਟਰੀ ਨੇ, ਇੰਡੀਅਨ ਮਿਨਿਸਟਰੀ ਨੇ, ਜੋ ਹੈਲਥ ਮਿਨਿਸਟਰੀ ਨੇ ਲੈਟਰ ਜਾਰੀ ਕੀਤਾ ਸੀਗਾ ਉਹਦੇ ਆਧਾਰ ਦੇ ਉੱਤੇ ਜਿਵੇਂ ਪਰਿਵਾਰ ਸਵਾਲ ਚੁੱਕ ਰਿਹਾ, ਤੁਸੀਂ ਇਹਨਾਂ ਸਵਾਲਾਂ ਨੂੰ ਕਿੱਦਾਂ ਵੇਖਦੇ ਹੋ ਤੇ ਇਹ ਕਾਨੂੰਨ ਦੇ ਮੁਤਾਬਕ ਜਾਇਜ਼ ਜਾਂ ਨਾਜਾਇਜ਼ ਹੋਣ ਦੀ ਗੱਲ ਨੂੰ ਕਿਵੇਂ ਸਮਝੀਏ ਅਸੀਂ? ਸਭ ਤੋਂ ਪਹਿਲਾਂ ਤਾਂ ਮੈਂ ਉਸ ਟੱਬਰ ਨੂੰ ਵਧਾਈ ਦਿੰਨੀ ਆ ਜੀ ਜਿਨ੍ਹਾਂ ਦੇ ਘਰ ਵਿੱਚ ਕਿਲਕਾਰੀਆਂ ਗੂੰਜੀਆਂ ਨੇ। ਮੇਰਾ ਕੋਈ ਵੀ ਕਿਸੇ ਦੀ ਫੈਮਿਲੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਨ ਪਾਉਣ ਦਾ 1% ਮਕਸਦ ਨਹੀਂ ਹੈ, ਮੈਂ ਪਹਿਲਾਂ ਸਪਸ਼ਟ ਕਰ ਦਿਆਂ। ਸਿਰਫ ਤੇ ਸਿਰਫ ਜੋ ਡਾਕਟਰੀ ਨੁਕਤੇ ਨੇ, ਕਿਉਂਕਿ ਇਹ ਤਕਨੀਕ ਜਿਹੜੀ ਹੈ ਸੀ ਸ਼ੁਰੂ ਵੀ ਉਹ ਤਾਂ ਤੁਸੀਂ ਸਮਝੋ ਕਿ ਇੰਨੀ ਪੁਰਾਣੀ ਕਿ 1978 ਵਿੱਚ ਜੋ 25 ਜੁਲਾਈ ਨੂੰ ਇੰਗਲੈਂਡ ਦੇ ਵਿੱਚ ਖਾਸ ਤੌਰ ਤੇ ਜੋ ਇਹ ਜਿਸਦਾ ਜ਼ਿਕਰ ਸਭ ਤੋਂ ਪਹਿਲਾਂ ਦੁਨੀਆ ਭਰ ਵਿੱਚ ਹੋਇਆ ਸੀ। ਸੋ ਇਹ ਤਕਨੀਕ, ਇਹਦੇ ਬਹੁਤ ਸਾਰੇ ਫਾਇਦੇ ਵੀ ਦੇਖੇ ਗਏ, ਕੁਛ ਨੁਕਸਾਨ ਵੀ ਦੇਖੇ ਗਏ, ਪਰ ਇਹਦਾ ਮਕਸਦ ਇਹੋ ਸੀ ਵੀ ਜੇ ਕੋਈ ਮਾਂ ਨਾ ਬਣ ਸਕਦੀ ਹੋਏ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਪ੍ਰੋਬਲਮ ਹੋਏ ਜਿੱਥੇ ਬੱਚਾ ਤੁਸੀਂ ਮਾਂ ਦੇ ਸਰੀਰ ਤੋਂ ਬਾਹਰ ਤਿਆਰ ਕਰਕੇ ਉਹਦੇ ਸਰੀਰ ਅੰਦਰ ਪਾ ਦੇਣਾ ਤੇ ਫਿਰ ਉਸਦਾ ਮਾਂ ਬਣ ਜਾਣਾ, ਜੋ ਕਿ ਕਿਸੇ ਵੀ ਔਰਤ ਲਈ ਬਹੁਤ ਵੱਡੀ ਗੱਲ ਹੁੰਦੀ ਜੇ। ਸੋ ਇਹ ਹੌਲੀ ਹੌਲੀ ਉਹਦੇ ਵਿੱਚੋਂ ਇਹ ਗੱਲ ਨਿਕਲੀ ਕਿ ਕਿਵੇਂ ਉਹ ਕੰਪਲੀਕੇਸ਼ਨ ਹੋ ਰਹੀਆਂ ਸੀ, ਕਿਵੇਂ ਬੱਚੇ ਗਿਰ ਰਹੇ ਸਨ ਜਾਂ ਬੱਚਿਆਂ ਚ ਨੁਕਸ ਵੇਖੇ ਗਏ, ਹੌਲੀ ਹੌਲੀ ਤਕਨੀਕ ਸੁਧਾਰ ਲਿਆਏ ਤੇ ਫਿਰ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਨੂੰ ਕੋਈ ਤਕਨੀਕ ਮਿਲ ਜਾਏ ਤੇ ਹੌਲੀ ਹੌਲੀ ਤੁਸੀਂ ਸਪਰਮਸ ਦੇ ਵਿੱਚੋਂ ਕਿਸ ਤਰੀਕੇ ਵਾਈ ਕ੍ਰੋਮੋਸੋਮ ਕੱਢ ਕੇ ਤੇ ਇਕੱਲੇ ਮੁੰਡੇ ਹੀ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਸੋ ਇਹ ਸਾਰਾ ਸੀਕੁਐਂਸ ਸੀ ਜਿਹਦੇ ਵਿੱਚ ਅੱਜ ਜਿਸ ਚੀਜ਼ ਦਾ ਖਾਸ ਤੌਰ ਤੇ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਅਹਿਮ ਗੱਲ ਇਹ ਹੈ ਕਿ ਉਹਦੇ ਕਾਨੂੰਨ ਜੋ ਭਾਰਤੀ ਕਾਨੂੰਨ ਹੈ, ਮੈਂ ਫਿਰ ਦੁਬਾਰਾ ਦੱਸ ਦਿਆਂ, ਮੇਰਾ ਕਿਸੇ ਦੇ ਇੱਕ ਟੱਬਰ ਦੇ ਉੱਤੇ ਕੇਂਦਰਿਤ ਹੋਣ ਨਾਲੋਂ ਮੈਂ ਤੁਹਾਨੂੰ ਸਿਰਫ ਮੈਡੀਕਲ ਪੱਖ ਹੀ ਦੱਸਣੇ ਚਾਹਾਂਗੀ, ਉਹਦੀ ਪੋਜ਼ਿਟਿਵ ਤੇ ਨੈਗੇਟਿਵ ਚੀਜ਼ਾਂ। ਜੋ ਪੱਤਰ ਆਇਆ ਜੇ, ਉਹ ਪੱਤਰ ਸਿਰਫ ਇਸ ਕਾਰਨ ਜਾਰੀ ਹੋਇਆ ਕਿ ਜੋ ਅਸਲ ਇਹਦੇ ਵਿੱਚ ਨੁਕਸ ਹੈ ਜਾਂ ਕੁਛ ਇਹਦੇ ਵਿੱਚ ਕਿਸੇ ਤਰੀਕੇ ਦਾ ਕੋਈ ਪੋਲੀਟੀਕਲ ਮੋਟਿਵ ਹੈ, ਮੈਂ ਉਸ ਬਾਰੇ ਨਹੀਂ ਜਾਣਦੀ, ਪਰ ਜੋ ਭਾਰਤੀ ਕਾਨੂੰਨ ਕਹਿੰਦਾ ਜੇ ਉਹ 21 ਤੋਂ 50 ਸਾਲ ਤੱਕ ਦੇ ਵਿੱਚ ਹੀ ਅਸੀਂ ਇਹਨੂੰ ਅਲਾਓ ਕਰਦੇ ਹਾਂ ਕਿ
ਤੁਹਾਡੇ ਉਸ ਮਾਂ ਦੇ IVF ਕੀਤਾ ਜਾ ਸਕਦਾ ਹੈ ਇਨ ਵਿਟਰੋ ਫਰਟੀਲਾਈਜੇਸ਼ਨ ਦੇ ਨਾਲ ਜਾਂ ਅਸਿਸਟਡ ਰੀਪ੍ਰੋਡਕਸ਼ਨ ਟੈਕਨੋਲੋਜੀ ਦੇ ਨਾਲ। ਕਾਰਨ ਜੇ ਉਹਦਾ ਕਾਰਨ ਇਹ ਹੈ, ਪਹਿਲਾ ਕਾਰਨ ਇਹ ਕਿ ਕੀ ਜੇ ਅਸੀਂ ਭਾਰਤੀ ਐਵਰੇਜ ਏਜ ਨੂੰ ਦੇਖ ਕੇ ਤੁਰੀਏ ਜੋ ਕਿ ਅਸੀਂ 65 ਸਾਲ ਤੱਕ ਗਿਣ ਰਹੇ ਹਾਂ, ਤਾਂ ਫਿਰ ਜੇ ਅਸੀਂ ਗੱਲ ਕਰੀਏ ਕਿ ਬੱਚਾ ਹੀ 60 ਵਰਿਆਂ ਦੇ ਕਰੀਬ ਦੀ ਉਮਰ ਦੇ ਵਿੱਚ ਹੋਇਆ ਹੋਵੇ, ਤਾਂ ਪਹਿਲੀ ਚੀਜ਼ ਇਹ ਕਿ ਕੀ ਉਹ ਬੱਚਾ ਉਦੋਂ ਮਤਲਬ ਅਸੀਂ ਫਿਕਸ ਨਹੀਂ ਜੇ ਕੀਤੀ ਐਵਰੇਜ ਏਜ ਦਾ, ਮਤਲਬ ਬੰਦਾ ਹੋ ਸਕਦਾ 75-80 ਤੱਕ ਜਾਏ, ਦੂਜੇ ਪਾਸੇ ਹੋ ਸਕਦਾ 45 ਤੇ ਹੀ ਪੂਰਾ ਹੋ ਜਾਏ। ਤਾਂ ਐਵਰੇਜ ਏਜ ਦੇ ਹਿਸਾਬ ਨਾਲ ਕਿ ਜਿੰਨੀ ਲੇਟ 50 ਸਾਲ ਤੋਂ ਬਾਅਦ ਕਰੀ ਜਾ ਰਿਹਾ ਉਸ ਬੱਚੇ ਦਾ ਉਮਰ ਦੇ ਹਿਸਾਬ ਨਾਲ ਦੇਖੀਏ ਕਿ ਕੀ ਉਹ ਸਿਰਫ 5-6 ਸਾਲ ਦਾ ਹੀ ਹੋਏਗਾ ਜਦੋਂ ਮਾਂ ਨਾ ਰਵੇ ਜਾਂ ਉਹਦਾ ਪਾਲਣ ਵਾਲਾ ਪਿਓ ਨਾ ਰਵੇ, ਤਾਂ ਫਿਰ ਉਸ ਉਮਰ ਤੱਕ ਜਾ ਕੇ ਉਸ ਬੱਚੇ ਨੂੰ ਪੈਦਾ ਕਰਨ ਦੇ ਪਿੱਛੇ ਕੀ ਕਾਰਨ ਸਨ, ਕੀ ਜਾਇਦਾਦ ਦਾ ਵੱਡਾ ਹੋਣਾ ਜਾਂ ਇੱਕ ਮਤਲਬ ਲੀਗਲ ਹੇਅਰ ਪੈਦਾ ਕਰਨਾ ਕਿ ਅਸੀਂ ਸਾਡੇ ਖਾਨਦਾਨ ਬਹੁਤ ਵੱਡਾ ਹੈ ਤੇ ਉਹਦਾ ਨਾਮ ਲੇਵਾ ਹੋਣਾ ਚਾਹੀਦਾ ਜਾਂ ਇਹੋ ਜਿਹੇ, ਕਿਉਂਕਿ ਤੁਸੀਂ ਜਦੋਂ ਇੱਕ ਮੈਂ ਫਾਰ ਬਾਰੇ ਕਹਿ ਰਹੀ ਹਾਂ, ਇੱਕ ਮਿੰਟ ਇਸ ਟੱਬਰ ਨੂੰ ਛੱਡ ਕੇ ਦੇਖੀਏ ਜੇ ਕੋਈ ਹੋਰ ਕੋਈ ਵੀ ਕਰਾ ਰਿਹਾ ਤਾਂ ਉਹਦਾ ਮਕਸਦ ਇਹੋ ਹੁੰਦਾ ਜੇ ਕਿ ਜਾਂ ਪੈਸਾ ਬਹੁਤ ਜ਼ਿਆਦਾ ਜੇ ਜਾਂ ਟੱਬਰ ਦਾ ਨਾਮ ਬਹੁਤ ਜ਼ਿਆਦਾ ਜੇ ਕਿ ਉਹਨਾਂ ਨੂੰ ਮਜਬੂਰੀ ਬਸ ਉਹ ਕਰਨਾ ਪੈ ਰਿਹਾ ਉਸ ਵੇਲੇ ਕਿ ਅਸੀਂ ਇਹ ਸਾਰਾ ਕੁਛ ਉਹਦੇ ਸਪੁਰਦ ਕਰਨਾ। ਸੋਚ ਕੇ ਵੇਖਿਓ ਕਿ ਉਸ ਬੱਚੇ ਉੱਤੇ ਕਿੰਨਾ ਕੁ ਪ੍ਰੈਸ਼ਰ ਹੋਣ ਵਾਲਾ ਜੇ ਜਿਹਨੂੰ ਜੰਮਣ ਸਮੇਂ ਤੋਂ ਜਬਰੀ ਉਸ ਪਾਸੇ ਵੱਲ ਨੂੰ ਧੱਕਿਆ ਜਾਣਾਗੇ ਜੇ ਕਿ ਤੁਸੀਂ ਕਿਸੇ ਹੋਰ ਸ਼ਖਸੀਅਤ ਵਿੱਚ ਫਿੱਟ ਹੋਣਾ। ਹੁਣ ਦੂਜੇ ਪਾਸੇ ਜੋ IVF ਦੇ ਆਪਣੀਆਂ ਕੰਪਲੀਕੇਸ਼ਨਸ ਵੀ ਹੁੰਦੀਆਂ ਨੇ, ਹਾਲਾਂਕਿ ਬਹੁਤ ਹੁਣ ਜਿਸ ਤਰੀਕੇ ਦੀ ਸੋਫਿਸਟੀਕੇਟਿਡ ਟੈਕਨੀਕ ਸਾਡੀ ਬਣ ਚੁੱਕੀ ਜੇ ਬਹੁਤ ਘੱਟ ਜੇ ਬੱਚੇ ਬਿਲਕੁਲ ਨੋਰਮਲ ਵਾਂਗ ਹੀ ਹੁੰਦੇ ਨੇ, ਪਰ ਵੱਧਦੀ ਉਮਰ 'ਚ ਰੋਕਿਆ ਕਿਉਂ ਗਿਆ? ਦੇਖੋ ਜਿਹੜੀਆਂ ਕੰਪਲੀਕੇਸ਼ਨਸ ਦੇਖਣ ਵਿੱਚ ਮਿਲੀਆਂ ਸਨ ਕਿ 50 ਸਾਲ ਤੋਂ ਬਾਅਦ ਜਦੋਂ ਜਿਹੜੀ ਵੀ ਔਰਤ ਦੇ, ਕਿਉਂ ਇਹ ਕਾਨੂੰਨ ਬਣਿਆ ਸੀ ਉਹ ਦੱਸਣਾ ਚਾਹ ਰਹੀ ਹਾਂ ਕਿ ਉਹਨਾਂ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ ਦੀ ਬਿਮਾਰੀ, ਪ੍ਰੀ ਮੈਚਿਓਰ ਬੱਚੇ ਦਾ ਜੰਮਣਾ, ਫਿਰ ਉਹਦੀਆਂ ਬਹੁਤ ਸਾਰੀਆਂ ਜੰਮਣ ਸਮੇਂ ਦੀਆਂ ਕੰਪਲੀਕੇਸ਼ਨ ਜਿਸ ਵਿੱਚ ਉਹਦਾ ਬੱਚੇ ਦੇ ਫੇਫੜਿਆਂ ਦੇ ਨੁਕਸ ਹੋ ਸਕਦੇ ਨੇ, ਉਸਦੇ ਦਿਮਾਗ ਦਾ ਪੂਰਾ ਵਿਕਾਸ ਨਾ ਹੋ ਸਕਣਾ, ਕ੍ਰੋਮੋਸੋਮ ਰਿਲੇਟਡ ਕੋਈ ਬਿਮਾਰੀਆਂ ਹੋ ਜਾਣੀਆਂ ਜੋ ਬਾਅਦ ਦੀ ਉਮਰ ਵਿੱਚ ਦਿਸਣਾ, ਟਿਕ ਕੇ ਨਾ ਬੈਠ ਸਕਣ ਦੀ ਬਿਮਾਰੀ, ਇਸ ਤਰ੍ਹਾਂ ਦੇ ਅਣਗਿਣਤ ਰੋਗ ਦੇਖੇ ਗਏ ਜਿਸ ਵਿੱਚ ਮਾਂ ਦੀ ਖਾਸ ਤੌਰ ਤੇ ਦੇਖਣ ਵਿੱਚ ਆਇਆ ਕਿ ਉਹਨਾਂ ਦੇ ਕਾਰਡੀਓਵੈਸਕੁਲਰ ਕੰਪਲੀਕੇਸ਼ਨ ਜ਼ਿਆਦਾ ਦਿਸੀਆਂ, ਕਿਉਂਕਿ ਵਡੇਰੀ ਉਮਰ 'ਚ ਕਈ ਵਾਰ ਜਦੋਂ ਇਸ ਤਰ੍ਹਾਂ ਹੁੰਦਾ ਤਾਂ ਤੁਸੀਂ ਬਾਹਰਲੇ ਮੁਲਕਾਂ ਵਿੱਚ ਐਸਪ੍ਰਿਨ ਤੱਕ ਨਾਲ ਖਵਾਈ ਜਾਂਦੀ ਹੈ ਕਿ ਲਹੂ ਗਾੜਾ ਨਾ ਹੋ ਜਾਵੇ, ਉਸ ਕਾਰਨ ਮੌਤਾਂ, ਸਡਨ ਡੈਥ, ਕਾਰਡੀਅਕ ਡੈਥ ਦੇਖਣ ਨੂੰ ਮਿਲ ਰਹੀ ਸੀ। ਸੋ ਇਹ ਸਾਰੇ ਕੁਛ ਦਾ ਜੋ ਨਿਚੋੜ ਕੱਢਿਆ ਗਿਆ ਅਣਗਿਣਤ ਖੋਜਾਂ, ਹੁਣ ਦੇਖੋ 1978 ਦੀ 25 ਜੁਲਾਈ ਦਾ ਪਹਿਲਾ ਜੋ ਕੇਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਵਿੱਚ ਬਹੁਤ ਐਡਵਾਂਸਿਸ ਆਏ, ਜਿੱਥੇ ਕਿਸ ਤਰੀਕੇ ਤੁਸੀਂ ਕੁਦਰਤੀ ਤੌਰ ਤੇ ਮਾਂ ਤੋਂ ਉਹ ਅੰਡਾ ਲਿਆ ਜਾਣਾ ਸੀ ਜਾਂ ਹੁਣ ਉਹਨੂੰ ਸਟਿਮੂਲੇਟ ਕਰਨ ਬਾਅਦ ਕਿਵੇਂ ਉਹਨੂੰ ਆਪ, ਯਾਨੀ ਇੱਕ ਨਿੱਕਾ ਜਿਹਾ ਸਰਜੀਕਲ ਪ੍ਰੋਸੀਜਰ ਨਾਲ ਉਹਦੇ ਅੰਡੇ ਕਲੈਕਟ ਕੀਤੇ ਜਾਂਦੇ ਨੇ, ਫਿਰ ਉਸੇ ਤਰੀਕੇ ਸਪਰਮਸ ਨੂੰ ਕਿਵੇਂ
ਪੂਰੀ ਜੈਨੇਟਿਕ ਚੈਕਿੰਗ ਤੋਂ ਬਾਅਦ ਫਿਰ ਉਹਦਾ ਜੇ ਤੁਹਾਨੂੰ ਕੋਈ ਲੱਭ ਜਾਂਦੀ, ਜੇ ਕੋਈ ਇਹੋ ਜਿਹੀ ਟੱਬਰ ਵਿੱਚ ਚੱਲਦਾ ਰੋਗ ਜੋ ਕ੍ਰੋਮੋਸੋਮ ਦੇ ਨਾਲ ਸੰਬੰਧਿਤ ਹੋਵੇ, ਤਾਂ ਉਹਦੇ ਵਿੱਚ ਖਾਸ ਤੌਰ ਤੇ ਕੱਢ ਕੇ ਵਾਈ ਕ੍ਰੋਮੋਸੋਮ, ਜਿਵੇਂ ਮੈਂ ਦੱਸਿਆ ਕਿ ਉਹ ਹੁਣ ਮੁੰਡਾ ਹੀ ਕਿਉਂ IVF 'ਚ ਬਹੁਤ ਭਾਰੀ ਗਿਣਤੀ 'ਚ ਪੈਦਾ ਹੋ ਰਹੇ ਨੇ, ਦਾ ਕਾਰਨ ਇਹ ਹੈ ਕਿ ਅਸੀਂ ਮੰਗ ਹੀ ਰਹੇ ਹਾਂ ਕਿ ਸਾਨੂੰ ਵਾਈ ਕ੍ਰੋਮੋਸੋਮ ਹੀ ਕੱਢ ਕੇ ਦਿੱਤਾ ਜਾਏ। ਸੋ ਉਹੀ ਕਾਰਨ ਹੈ ਕਿ ਅਸੀਂ ਹੌਲੀ ਹੌਲੀ ਘਾਣ ਕਰ ਰਹੇ ਹਾਂ ਕੁੜੀਆਂ ਦਾ ਹੋਰ ਵੀ ਵੱਧ। ਸੋ ਇਸ ਜਾਂ ਫਿਰ ਕੋਈ ਐਕਸ ਰਿਲੇਟਿਡ ਬਿਮਾਰੀਆਂ ਹਨ, ਉਹ ਫਿਰ ਛੰਡੀਆਂ ਵੀ ਜਾਂਦੀਆਂ ਨੇ। ਤਾਂ ਇਸ ਤਰੀਕੇ ਦੇ ਜਿਵੇਂ ਹੁਣ ਕਈ ਵਾਰ ਕੀ ਹੁੰਦਾ ਕਿ ਕਿਸੇ ਇੱਕ ਟੱਬਰ ਵਿੱਚ ਜੀਨ ਗਿੱਠਾ ਜੇ ਤਾਂ ਉਹ ਯਾਨੀ ਤਬਦੀਲੀ ਦੇ ਨਾਲ ਉਹ ਅੱਗੋਂ ਇਹ ਸਾਰਾ ਕੁਛ ਜਿਵੇਂ ਬਿਹਤਰੀ ਵੱਲ ਅਸੀਂ ਤੋਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਵੀਰਾ ਕੁਦਰਤੀ ਛੇੜਛਾੜ ਜਦੋਂ ਵੀ ਹੁੰਦੀ ਜੇ ਤਾਂ ਸਮਝ ਸਕਦੇ ਹਾਂ ਕਿ ਅਸੀਂ 100% ਰੱਬ ਬਣ ਨਹੀਂ ਸਕਦੇ। ਬਹੁਤ ਕੁਛ ਜੋ ਇਹੋ ਜਿਹੇ ਬੱਚੇ ਬਿਲਕੁਲ 100% ਨੋਰਮਲ ਹੋਣ ਦੇ ਬਾਵਜੂਦ ਕਈ ਵਾਰ ਮੈਂ ਦੱਸਿਆ ਕਿ ਕਿਹਨਾਂ ਸਰਕਮਸਟਾਂਸਿਸ ਵਿੱਚ ਇਹ ਪੈਦਾ ਕੀਤੇ ਗਏ। ਮਿਸਾਲ ਵਜੋਂ ਕਿ ਕਿਸੇ ਔਰਤ ਦਾ ਕੰਮ ਕਾਜੀ ਔਰਤ ਹੈ ਕਿ ਮੈਂ 25 ਤੋਂ 35 ਸਾਲ ਤੱਕ ਕਰ ਹੀ ਨਹੀਂ ਸਕਦੀ, ਮੇਰੀ ਆਪਣੀ ਪ੍ਰਮੋਸ਼ਨ, ਮੇਰਾ ਆਪਣਾ ਕੰਮ ਹੈ ਤਾਂ ਮੈਂ 35 ਸਾਲ ਤੇ ਹੀ ਕਰਨਾ ਚਾਹਾਂਗੀ, ਤਾਂ ਉਸ ਉਮਰ ਤੇ ਜਾਂਦਿਆਂ ਉਹਦੀ ਹੋਰ ਤਰ੍ਹਾਂ ਦੀਆਂ ਰਿਸਪੋਂਸੀਬਿਲਿਟੀਜ਼ ਹੋਣਗੀਆਂ, ਹੋਰ ਉੱਚੇ ਅਹੁਦੇ ਬਣ ਚੁੱਕੇ ਹੋਣਗੇ ਜਿਸ ਕਾਰਨ ਡਿਲੇ ਕੀਤਾ ਕਿ ਉਹ ਬੱਚੇ ਨੂੰ ਉਹਨਾਂ ਸਮਾਂ ਦੇ ਸਕੀ ਜਾਂ ਨਹੀਂ। ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਮਾਨਸਿਕ ਪ੍ਰਭਾਵ ਪਾਉਂਦੀਆਂ ਨੇ, ਜਿੱਥੇ ਕਈ ਵਾਰ ਉਸ ਬੱਚੇ ਨੂੰ ਆਪਣਾ ਯਾਨੀ ਉਹਦੀ ਆਪਣੀ ਮਰਜ਼ੀ ਕਿਤੇ ਨਾ ਕਿਤੇ ਦੱਬ ਦਿੱਤੀ ਜਾਂਦੀ ਹੈ, ਉਹ ਮਾਪਿਆਂ ਦੇ ਅਜਿਹੇ ਡਿਸੀਜਨ ਦੇ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ। ਬਹੁਤ ਜ਼ਬਰਦਸਤ ਪ੍ਰੈਸ਼ਰ ਅੰਡਰ ਹੁੰਦਾ ਜੇ ਕਿ ਟੱਬਰ ਵਿੱਚੋਂ ਵੀ ਇਹ ਵੀ ਫਿਰ ਬਹੁਤ ਪ੍ਰੈਸ਼ੀਅਸ ਹੈ ਸਾਡੇ ਲਈ ਦੇ ਵਾਂਗ, ਤੂੰ ਆਹ ਨਹੀਂ ਕਰਨਾ, ਇਹ ਨਹੀਂ ਕਰਨਾ, ਹੋਰ ਬਚਾ ਕੇ ਰੱਖਣਾ। ਉਹਦਾ ਇੱਕ ਤਰੀਕੇ ਬਚਪਨ ਥੋੜਾ ਕੱਸਿਆ ਜਿਹਾ ਜਾਂਦਾ ਜੇ, ਜਾਂ ਜਿਸ ਟੱਬਰ ਵਿੱਚ ਕੋਈ ਥ੍ਰੈਟ ਹੋਵੇ, ਬਹੁਤ ਜ਼ਿਆਦਾ ਨਾਮ ਹੋਵੇ ਜਾਂ ਬਹੁਤ ਜਾਇਦਾਦ ਹੋਵੇ, ਤੁਸੀਂ ਸਮਝ ਸਕਦੇ ਹੋ ਦੁਸ਼ਮਣ ਕਿੰਨੇ ਹੋਣਗੇ, ਕਿਸ ਤਰੀਕੇ ਉਹ ਬੱਚਾ ਸਹਿਮ ਦੇ ਵਿੱਚ ਪਲੇਗਾ। ਸੋ ਉਹਦਾ ਮਾਨਸਿਕ ਵਿਕਾਸ ਕਿਸ ਢੰਗ ਨਾਲ ਦਬਾਇਆ ਜਾਂਦਾ, ਕਿਸ ਢੰਗ ਨਾਲ ਤੋਰਿਆ ਜਾਂਦਾ, ਕਿਵੇਂ ਉਹਨੂੰ ਉਸ ਤੋਂ ਪਹਿਲੀ ਸ਼ਖਸੀਅਤ ਵਿੱਚ ਰਚਣ ਲਈ ਮਜਬੂਰ ਕੀਤਾ ਜਾਂਦਾ, ਇਹ ਸਾਰੀਆਂ ਚੀਜ਼ਾਂ ਦੇ ਵੱਖੋ ਵੱਖ ਪਹਿਲੂ ਉਹਦੇ ਮਾਨਸਿਕ ਜੋ ਪਾਸਾ ਡਿਵੈਲਪ ਹੋਣਾ ਉਹਦੇ ਤੇ ਬਹੁਤ ਡੂੰਘਾ ਅਸਰ ਪਾਉਂਦੇ ਨੇ। ਤੇ ਜਿਵੇਂ ਦਾ ਇੱਕ ਨੋਰਮਲ ਬੱਚਾ ਤੁਹਾਡੇ ਉਸ ਮਾਹੌਲ ਵਿੱਚ ਹੋਇਆ ਹੋਣਾ ਪੈਦਾ ਜਿੱਥੇ ਉਹ ਇੱਕ ਯਾਨੀ ਇਹੋ ਜਿਹੀ ਪ੍ਰੈਸ਼ੀਅਸ ਗਿਫਟ ਦੀ ਥਾਂ ਤੇ ਕਿ ਨੋਰਮਲ ਬੱਚੇ ਵਾਂਗ ਵਧਣਾ, ਉਹ ਬਿਲਕੁਲ ਵੱਖ ਹੁੰਦਾ ਜੇ, ਕਿਉਂਕਿ ਉਹਨੇ ਡਿੱਗਣਾ, ਢਹਿਣਾ, ਸਭ ਕੁਛ ਜੋ ਉਹਨੇ ਆਸ ਪਾਸ ਦੇਖਣਾ, ਘੁੰਮਣਾ ਫਿਰਨਾ, ਉਹਨੇ ਬਿਲਕੁਲ ਉਸੇ ਤਰੀਕੇ ਮਾਹੌਲ ਵਿੱਚ ਰਚ ਮਿਚ ਜਾਣਾ। ਪਰ ਉਹਨੂੰ ਜਦੋਂ ਤੁਸੀਂ ਇੱਕ ਵੱਖ ਰੱਖ ਕੇ ਇੱਕ ਆਈਸੋਲੇਸ਼ਨ ਨਾਲ ਇੱਕ ਡਰ ਨਾਲ ਪਾਲਦੇ ਹੋ ਤਾਂ ਉਹ ਬਿਲਕੁਲ ਵੱਖ ਮਾਹੌਲ ਦੇ ਵਿੱਚ ਪੈਦਾ ਹੋ ਕੇ ਇੱਕ ਵੱਖ ਸ਼ਖਸੀਅਤ ਬਣ ਜਾਂਦਾ। ਬਿਲਕੁਲ। ਅੱਛਾ, ਜਿੱਥੋਂ ਤੱਕ ਸਵਾਲ ਮੈਡਮ ਹੁਣ ਇਸ ਕੇਸ ਦਾ, ਕਿਉਂਕਿ ਮੇਨਲੀ ਇਹਦੇ ਤੇ ਚਰਚਾ ਹੋ ਰਹੀ ਹੈ, ਮੈਂ ਪੜ੍ਹ ਰਿਹਾ ਸੀ ਜਿਹੜਾ ਲੈਟਰ ਹੈਲਥ ਮਿਨਿਸਟਰੀ ਨੇ ਭੇਜਿਆ, ਉਹਦੇ ਵਿੱਚ ਅੰਡਰ ਸੈਕਸ਼ਨ 21G ਦਾ ਜ਼ਿਕਰ ਹੈ, ਉਹਦੇ ਵਿੱਚ ਅਸਿਸਟਿਡ ਰੀਪ੍ਰੋਡਕਟਿਵ ਟੈਕਨੋਲੋਜੀ ਜਿਹੜੇ ਐਕਟ ਬਣਿਆ ਸੀਗਾ, ਰੈਗੂਲੇਸ਼ਨ 2021, ਮਤਲਬ ਕਿ 21 ਤੋਂ 50 ਸਾਲ ਦੀ ਜਿੱਥੇ ਗੱਲ ਕੀਤੀ ਗਈ ਹੈ। ਹੁਣ ਇਹਦੇ ਵਿੱਚ ਜੋ ਇਹ ਜਿਸ ਵੀ ਟੈਕਨੀਕ ਦੇ ਨਾਲ ਬੱਚਾ ਹੋਇਆ, ਜਿਸ ਵੀ ਢੰਗ ਦੇ ਨਾਲ ਹੋਇਆ, ਉਹਨੂੰ ਲੈ ਕੇ ਹੁਣ ਅਸੀਂ ਇਹਦੇ ਵਿੱਚ ਮਾਂ ਪਿਓ ਨੂੰ ਕਸੂਰਵਾਰ ਮੰਨੀਏ, ਕਿਉਂਕਿ ਡਾਕਟਰ ਨੇ ਓਪਰੇਟ ਕੀਤਾ
ਕੀਤਾ ਜਾਂ ਉਹਨਾਂ ਨੇ ਗਾਈਡ ਕੀਤਾ ਜਾਂ ਉਹਨਾਂ ਨੂੰ ਸਹੀ ਗਾਈਡ ਨਹੀਂ ਕੀਤਾ ਗਿਆ, ਜਾਂ ਹੁਣ ਇਸ ਮਾਮਲੇ ਦੇ ਵਿੱਚ ਅਸੀਂ ਕਿਹਨੂੰ ਇਹ ਸਮਝੀਏ ਕਿ ਇੱਥੇ ਅਣਗਹਿਲੀ ਵਰਤੀ ਗਈ ਆ ਤੇ IVF ਦੇ ਨਾਲ ਜਾਇਜ਼ ਜਾਂ ਨਾਜਾਇਜ਼ ਹੋਣਾ, ਗੈਰ ਕਾਨੂੰਨੀ ਜਾਂ ਕਾਨੂੰਨੀ ਹੋਣਾ, ਇਹ ਪੱਖ ਜਿਹੜੇ ਨੇ ਉਹ ਅੱਗੇ ਜਾ ਕੇ ਕਿਵੇਂ ਇਹਨਾਂ ਇਹ ਸਾਰੇ ਮਾਮਲੇ ਦੇ ਉੱਤੇ ਅਸਰ ਪਾਉਣਗੇ, ਜਾਂ ਇਹਦੇ ਵਿੱਚ ਅੱਗੇ ਕੀ ਸਟੈਪ ਸਰਕਾਰ ਚੁੱਕ ਸਕਦੀ ਹੈ, ਜਾਂ ਕਾਨੂੰਨੀ ਪਹਿਲੂ ਜੇ ਤੁਹਾਡੇ ਤੱਕ ਕੋਈ ਇਹੋ ਜਿਹੀ ਜਾਣਕਾਰੀ ਹੋਵੇ ਵੀ ਪਰਿਵਾਰ ਨੂੰ ਇਸ ਮਾਮਲੇ 'ਚ ਕੀ ਕਰ ਸਕਦਾ, ਕਿ ਕੋਈ ਅੱਗੇ ਜਾ ਕੇ ਕੋਈ ਨਵੀਂ ਮੁਸੀਬਤ ਹੋਰ ਖੜੀ ਹੋ ਸਕਦੀ ਹੈ? ਦੇਖੋ, ਇਹਦੇ ਵਿੱਚ ਪਹਿਲੀ ਗੱਲ, ਅਸੀਂ ਜੇ ਮੈਂ ਡਾਕਟਰੀ ਪੱਖ ਤੋਂ ਸ਼ੁਰੂ ਕਰਾਂ ਤਾਂ ਮੈਨੂੰ ਦੱਸੋ, ਸਾਡੇ ਇਹੋ ਜਿਹੀ ਸਿਸਟਮ ਹੈ ਜਿੱਥੇ ਅਸੀਂ ਦੇਖਿਆ ਗਿਆ ਸੀ ਕਿ ਡਾਕਟਰ ਦੇ ਦੰਪਤੀ ਦੇ ਬੱਚੇ ਨੇ 12ਵੀਂ ਜਮਾਤ ਦੇ ਵਿੱਚ ਹੀ ਇੱਕ ਸਿਜ਼ੇਰੀਅਨ ਆਪਰੇਸ਼ਨ ਕਰਨ ਬਾਰੇ ਬੜਾ ਸਾਡੀਆਂ ਅਖਬਾਰਾਂ ਨੇ ਮੁੱਖ ਪੰਨਿਆਂ ਤੇ ਖਬਰਾਂ ਛਾਪੀਆਂ ਕਿ ਇਹ ਚੀਜ਼ ਵੀ ਹੋ ਸਕਦੀ ਜੇ। ਸਾਡਾ ਕਾਨੂੰਨ ਜੋ ਕਹਿੰਦਾ ਜੇ, ਅਸੀਂ ਇੱਕ ਹਿਪੋਕ੍ਰੀਟਿਕ ਓਥ ਲੈਂਦੇ ਹਾਂ ਕਿ ਸਾਡੇ ਲਈ ਪ੍ਰਾਇਓਰਿਟੀ ਸਾਡਾ ਮਰੀਜ਼ ਹੋਏਗਾ ਜਿਸ ਵਿੱਚ ਅਸੀਂ ਕੋਈ ਵੀ ਕਿਸੇ ਕਿਸਮ ਦੀ ਕੋਈ ਗਲਤ ਹਰਕਤ ਜਾਂ ਨਾਜਾਇਜ਼ ਨਹੀਂ ਕਰਾਂਗੇ, ਜਿੱਥੇ ਕਿਸੇ ਵੀ ਮਰੀਜ਼ ਦੀ ਜਾਨ ਨੂੰ ਖਤਰਾ ਹੋਵੇ, ਯਾਨੀ ਅਸੀਂ ਆਪਣੀ ਪੂਰੀ ਕੋਸ਼ਿਸ਼ ਉਹਨੂੰ ਬਚਾਉਣ ਵਿੱਚ ਲਾਵਾਂਗੇ। ਸੋ ਕੋਈ ਇੱਕ ਵੀ ਕੰਪਲੀਕੇਸ਼ਨ ਕਿਸੇ ਵੀ ਥਾਂ ਤੇ ਜਿੱਥੇ ਪਤਾ ਹੋਵੇ ਕਿ ਇਸ ਥਾਂ ਤੇ ਕਾਨੂੰਨ ਇਹ ਕਹਿੰਦਾ, ਉਸਦੇ ਉਲਟ ਜੇ ਕੋਈ ਡਾਕਟਰ ਕਰਦਾ ਜੇ, ਮੈਂ ਹੁਣ ਜਿਵੇਂ ਇੱਕ ਭਰੂਣ ਹੱਤਿਆ ਦੀ ਗੱਲ ਹੀ ਕਰਦੀ ਹਾਂ ਕਿ ਜੇ ਇਹ ਲੱਭ ਜਾਵੇ ਕਿ ਤੁਸੀਂ ਇਸ ਅਸਿਸਟਡ ਟੈਕਨੋਲੋਜੀ ਜੋ ਕੀਤੀ ਗਈ ਉਹਦੇ ਵਿੱਚ ਤੁਸੀਂ ਜਾਣ ਬੁੱਝ ਕੇ ਐਕਸ ਕ੍ਰੋਮੋਸੋਮ ਜਾਣਦੇ ਬੁੱਝਦੇ ਤੁਸੀਂ ਦੇਖ ਲਿਆ ਤੇ ਉਹਨੂੰ ਬਾਹਰ ਕਰਕੇ ਇਕੱਲਾ ਵਾਈ ਕਰ ਰਹੇ ਹੋ, ਯਾਨੀ ਮੁੰਡਾ ਪੈਦਾ ਕਰ ਰਹੇ ਹੋ, ਤਾਂ ਉਹ ਇੱਕ ਕਾਨੂੰਨ ਗਲਤ ਗੱਲ ਹੈ, ਤੁਸੀਂ ਇੱਕ ਮਾਦਾ ਭਰੂਣ ਹੱਤਿਆ ਕਰ ਦਿੱਤੀ। ਹੁਣ ਇੰਝ ਹੀ ਤੁਸੀਂ ਜੇ ਪਤਾ ਜੇ ਕਿ ਕਾਨੂੰਨ ਹੈ ਜਿਵੇਂ, ਕਿਉਂਕਿ ਉਹਨੂੰ ਵੀ ਜੇਲ੍ਹ ਹੋਈ ਜਿਸ ਬੱਚੇ ਦੀ ਮੈਂ ਜ਼ਿਕਰ ਕੀਤਾ ਕਿ ਉਹਨੇ ਸਿਜ਼ੇਰੀਅਨ ਕਰ ਦਿੱਤਾ, ਕਿਉਂਕਿ ਉਹਦੇ ਕੋਲ ਕੋਈ ਡਿਗਰੀ ਹੀ ਨਹੀਂ ਸੀ, ਤੁਸੀਂ ਕਰ ਨਹੀਂ ਸੀ ਸਕਦੇ। ਜਦੋਂ ਕਾਨੂੰਨ 50 ਸਾਲ ਦੀ ਉਮਰ ਤੱਕ ਇਹ ਜਾਇਜ਼ ਕਰਾਇਆ ਜਾ ਚੁੱਕਿਆ ਕਿ ਉਸ ਤੋਂ ਬਾਅਦ ਮਾਂ ਨੂੰ ਖਤਰਾ ਹੈ, ਕਿਉਂਕਿ ਇਸ ਟੈਕਨੋਲੋਜੀ ਵਿੱਚ ਦੇਖੋ ਬੜੀ ਸਪਸ਼ਟ ਗੱਲ ਜੇ ਕਿ ਤੁਸੀਂ ਕਿੰਨੇ ਫੀਸਦ ਇਹਦੀ ਪੋਜ਼ਿਟਿਵ ਨਿਕਲੇਗਾ ਰਿਜ਼ਲਟ, ਉਹ ਸਾਰਾ ਕੁਝ ਪਹਿਲਾਂ ਮਾਂ ਤੇ ਪਿਓ ਨੂੰ ਦੱਸਣਾ ਪੈਂਦਾ ਕਿ ਇੰਨੇ ਪਰਸੈਂਟ ਹੀ ਪੋਜ਼ਿਟਿਵ ਹੋ ਸਕਦਾ ਜੇ, ਆ ਆ ਖਤਰੇ ਹੋ ਸਕਦੇ ਜੇ, ਇਹ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਮਾਂ ਦੀ ਜਾਨ ਨੂੰ ਖਤਰਾ ਹੈ, ਬੱਚੇ ਦੀ ਜਾਨ ਨੂੰ ਖਤਰਾ ਹੈ, ਇਹ ਸਭ ਕੁਝ ਜਾਣਦੇ ਬੁੱਝਦੇ ਤੁਸੀਂ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਹੀ ਤੁਸੀਂ ਇਹ ਅਸਿਸਟਡ ਟੈਕਨੋਲੋਜੀ ਕਰ ਸਕਦੇ ਹੋ। ਸੋ ਇਹਦਾ ਮਤਲਬ ਹੈ ਕਿ ਮਾਪਿਆਂ ਨੂੰ ਤੁਸੀਂ ਇਨ ਕੋਨਫੀਡੈਂਸ ਲਿਆ, ਉਹਨਾਂ ਤੋਂ ਸਾਈਨ ਕਰਾਏ ਕਿ ਹਾਂਜੀ ਸਾਨੂੰ ਸਭ ਦੱਸ ਦਿੱਤਾ ਗਿਆ, ਸਾਨੂੰ ਕਾਨੂੰਨ ਬਾਰੇ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ, ਇਸ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਹੀ ਅਸੀਂ ਕਰ ਰਹੇ ਹਾਂ, ਤੇ ਅਸੀਂ ਕਿਸੇ ਵੀ ਹਾਲ ਵਿੱਚ ਐਕਸ ਜਾਂ ਵਾਈ ਕ੍ਰੋਮੋਸੋਮ ਦੇ ਉੱਤੇ ਨਹੀਂ ਅੜਚਨ ਪਾਵਾਂਗੇ, ਜੋ ਵੀ ਕੁਦਰਤ ਨੇ ਦਿੱਤਾ ਅਸੀਂ ਲਵਾਂਗੇ। ਹੁਣ ਦੂਜੇ ਪਾਸੇ ਡਾਕਟਰ ਦੀ ਵੱਡੀ ਰਿਸਪੋਂਸਿਬਿਲਿਟੀ ਆ ਜਾਂਦੀ ਹੈ ਕਿ ਕੀ ਮੈਂ ਜੋ ਕਰ ਰਿਹਾ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਕਰ ਰਿਹਾ ਜਾਂ ਮੈਂ ਕਿਸੇ ਪ੍ਰੈਸ਼ਰ ਦੇ ਅੰਡਰ ਕਰ ਰਿਹਾ, ਕਿਉਂਕਿ ਇਹਦੇ ਵਿੱਚ ਅਸਲ 'ਚ ਇਹ ਨੁਕਤਾ ਵੀ ਸਾਹਮਣੇ ਬਹੁਤ ਪਹਿਲਾਂ ਤੋਂ ਆ ਗਿਆ ਸੀ ਕਿ ਮੂਸੇ ਵਾਲੇ ਦਾ ਭਰਾ ਆ ਰਿਹਾ। ਤੁਸੀਂ ਸ਼ਾਇਦ ਇਹ ਚੀਜ਼ ਮੇਰੇ ਤੋਂ ਵੱਧ ਸੁਣੀ ਪੜੀ ਹੋਏਗੀ, ਕਿਉਂਕਿ ਇਹ ਚੀਜ਼ ਪਹਿਲਾਂ ਹੀ ਆ ਚੁੱਕੀ ਸੀ। ਦਾ ਇੱਕ ਗੱਲ ਤਾਂ ਸਪਸ਼ਟ ਹੈ ਕਿ ਸੈਕਸ ਡਿਟਰਮੀਨੇਸ਼ਨ ਹੋਈ,
ਹੁਣ ਦੂਜੇ ਪਾਸੇ, ਕਿਉਂਕਿ ਕਦੇ ਤੁਸੀਂ ਇਹ ਨਹੀਂ ਸੁਣਿਆ ਕਿ ਉਹਦੀ ਭੈਣ ਆ ਰਹੀ ਹੈ, ਇਹ ਲਫ਼ਜ਼ ਤੁਸੀਂ ਸੁਣਿਆ ਨਹੀਂ ਹੋਣਾ, ਕਿਉਂਕਿ ਬਹੁਤ ਕੁਝ ਮੀਡੀਆ ਦੇ ਰਾਹੀਂ ਆਧਾਰਿਤ ਉਹ ਸੱਚ ਜਾਂ ਝੂਠ ਕੀ ਨਿਕਲਿਆ, ਮੈਂ ਉਹਦੇ ਬਾਰੇ ਬਿਲਕੁਲ ਕੁਝ ਨਹੀਂ ਦੱਸਣਾ ਚਾਹੁੰਦੀ, ਜਿਸ ਕਾਰਨ ਇਹ ਨਜ਼ਰੀ ਪਿਆ ਹੋਣਾ ਕਿ ਉਹ ਪਹਿਲਾਂ ਉਹ ਚੀਜ਼ ਬਹੁਤ ਉਭਾਰ ਦਿੱਤੀ ਗਈ। ਤੇ ਦੂਸਰੀ ਗੱਲ ਇਹ ਕਿ ਉਹਦੇ ਵਿੱਚ 58 ਵਰੇ ਦੀ ਉਮਰ ਸਾਡੇ ਕਾਨੂੰਨ ਤਹਿਤ ਵੀ ਤੇ ਮੈਡੀਕਲ ਜੇ ਤੁਸੀਂ ਸਾਇੰਸ ਵਜੋਂ ਵੀ ਕਹੋਗੇ ਤਾਂ ਇਹੋ ਜਿਹਾ ਤਜਰਬਾ ਜਿੱਥੇ ਕਿਸੇ ਦੀ ਜਾਨ ਨੂੰ ਖਤਰਾ ਹੋਵੇ ਆਮ ਤੌਰ ਤੇ ਕੀਤਾ ਨਹੀਂ ਜਾਂਦਾ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਕੀਤਾ ਜਾਂਦਾ। ਜੇ ਹੁਣ ਇੱਥੇ ਕੀ ਵਾਪਰਿਆ ਮੈਂ ਉਹਦੇ ਬਾਰੇ ਨਹੀਂ ਕੁਛ ਦੱਸ ਸਕਦੀ ਕਿ ਕੌਣ ਕਿੰਨਾ ਕਿੱਥੇ ਜ਼ਿੰਮੇਵਾਰ ਏ, ਇਹ ਸਿਰਫ ਚਿੱਠੀ ਦੇ ਆਧਾਰ ਉੱਤੇ ਦੱਸ ਰਹੀ ਹਾਂ। ਮੈਂ ਕਿਸੇ ਦੇ ਘਰ ਵਿੱਚ ਕੋਈ ਖੁਸ਼ੀ ਆਈ ਜਾਂ ਕਿਲਕਾਰੀ ਹੰਡੀ ਬਾਰੇ ਬਿਲਕੁਲ ਵੀ ਉਹਦਾ ਵਿਰੋਧ ਨਹੀਂ ਕਰ ਰਹੀ, ਸ਼ੁਕਰ ਏ ਉਹਨਾਂ ਦੇ ਘਰ ਵਿੱਚ ਖੁਸ਼ੀ ਹੋਈ। ਪਰ ਇਸ ਹਾਲ ਵਿੱਚ ਜਿਵੇਂ ਦਾ ਹੁਣ, ਇਹ ਤਾਂ ਚਲੋ ਵਾਹਿਗੁਰੂ ਨੇ ਸ਼ੁਕਰ ਕੀਤਾ ਕਿ ਨੋਰਮਲ ਸਾਰਾ ਹੋ ਗਿਆ, ਪਰ ਅੱਗੋਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਸਾਰਾ ਕੁਛ ਠੀਕ ਰਹਿੰਦਾ ਜੇ ਜਾਂ ਨਹੀਂ। ਪਰ ਜੇ ਮੈਂ ਵੀਰ ਸਿਰਫ ਇੱਕ ਲਫ਼ਜ਼ ਜੇ ਦੇ ਉੱਤੇ ਆਧਾਰਿਤ ਆ, ਕਿਉਂਕਿ ਡਾਕਟਰੀ ਸਾਰੀ ਸਾਇੰਸ ਜੇ ਤੇ ਹੀ ਖੜੀ ਹੈ, ਕਿ ਜੇ ਕੁਛ ਵਾਪਰ ਜਾਂਦਾ ਮਾਂ ਦੇ ਉੱਤੇ ਜਾਂ ਜਿਵੇਂ ਕੋਈ ਇਹੋ ਜਿਹਾ ਅਕਿਊਟ ਕੰਪਲੀਕੇਸ਼ਨ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਹੁੰਦਾ? 100% ਡਾਕਟਰ ਦਾ ਜੇਲ੍ਹ ਵਿੱਚ ਜਾਣਾ ਉਦੋਂ ਪੱਕਾ ਹੋ ਜਾਂਦਾ, ਕਿਉਂਕਿ ਉਹ ਜਾਣਦੇ ਬੁੱਝਦੇ ਕਿ 50 ਤੱਕ ਦਾ ਕਾਨੂੰਨ ਹੈ, ਮੈਂ ਇਸ ਉਮਰ ਵਿੱਚ ਕਰ ਰਹੀ ਹਾਂ ਜਿੱਥੇ ਕੰਪਲੀਕੇਸ਼ਨ ਰੇਟ ਬਹੁਤ ਹਾਈ ਹੈ, ਤੇ ਫਿਰ ਤੁਸੀਂ ਸਮਝ ਸਕਦੇ ਹੋ ਇਹ ਕਾਨੂੰਨ ਗਲਤ ਚੀਜ਼ ਹੋ ਜਾਂਦੀ। ਜੀ ਮੈਡਮ, ਹੁਣ ਮੇਰਾ ਆਖਰੀ ਸਵਾਲ ਇਹ ਹੈ ਕਿ ਇਹੋ ਜਿਹੇ ਮਾਮਲੇ 'ਚ, ਕਿਉਂਕਿ ਰੇਅਰ ਇਨ ਰੇਅਰ ਕੇਸ ਆਪਾਂ ਵੇਖਦੇ ਹਾਂ ਕਿ ਪਹਿਲਾਂ ਵੀ ਇਹੋ ਜਿਹੀਆਂ ਖਬਰਾਂ ਕੋਈ ਵਿਦੇਸ਼ਾਂ ਤੋਂ ਵੀ ਆਉਂਦੀਆਂ ਰਹਿੰਦੀਆਂ, ਇੰਨੀ ਉਮਰ ਜਨਮ ਦੇ ਦਿੱਤਾ ਗਿਆ, ਇਹ ਕੁਛ ਹੋਇਆ, ਇਹ ਜੋ ਲਗਾਤਾਰ IVF ਦਾ ਰੁਝਾਨ ਜਾਂ ਜਿਸ ਤਰੀਕੇ ਨਾਲ ਤੁਹਾਡੇ ਨਾਲ ਵੱਧ ਰਿਹਾ, ਤੁਸੀਂ ਇਹਦੇ 'ਤੇ ਅੱਗੇ ਵੀ ਗੱਲਬਾਤ ਕਰਦੇ ਰਹਿੰਦੇ ਹੋ, ਚਰਚਾ ਕਰਦੇ ਰਹਿੰਦੇ ਹੋ, ਪਰ ਜੇ ਇਸ ਕੇਸ ਨੂੰ ਅਸੀਂ ਸਮਝੀਏ ਕਿ ਹੋਰ ਬਹੁਤ ਇਹੋ ਜਿਹੇ ਕੇਸ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਉਹ ਭਾਵੇਂ ਇਸ ਟੈਕਨੋਲੋਜੀ ਨਾਲ ਨਾ ਹੋਵੇ, ਕੁਦਰਤੀ ਵੀ ਹੋ ਸਕਦਾ ਕਿ ਉਸ ਤਰੀਕੇ ਦੇ ਨਾਲ ਉਹਨਾਂ ਦੇ ਘਰੇ ਕਿਸੇ ਦੇ ਘਰੇ ਬੱਚਾ ਹੋਵੇ ਇਸ ਉਮਰ ਵਿੱਚ ਆ ਕੇ ਹੋਵੇ, ਤਾਂ ਉਹਨੂੰ ਇੱਕ ਕ੍ਰਿਸ਼ਮਾ ਸਮਝ ਲਿਆ ਜਾਂਦਾ। ਫਿਰ ਇਸ ਕੇਸ ਨੂੰ ਚੁਣਨਾ, ਇਹਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਇਹ ਜਾਇਜ਼ ਹੈ? ਇਸ ਸਮੇਂ ਦੌਰਾਨ ਇਸ ਤਰੀਕੇ ਦੇ ਨਾਲ ਪਰਿਵਾਰ ਮੈਂਟਲੀ ਟੌਰਚਰ ਹੋ ਰਿਹਾ, ਉਹ ਇਸ ਚੀਜ਼ ਨੂੰ ਕਹਿ ਰਹੇ ਨੇ, ਇਧਰੋਂ ਕਾਨੂੰਨ ਦਾ ਪੱਖ ਦਿੱਤਾ ਜਾ ਰਿਹਾ। ਬਿਲਕੁਲ, ਦੇਖੋ ਮੈਂ ਤਾਂ ਹੀ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਉਹਨਾਂ ਦੀ ਘਰ ਵਿਚਲੀ ਖੁਸ਼ੀ ਤੇ ਕੋਈ ਉਂਗਲ, ਨਾ ਤਾਂ ਮੈਨੂੰ ਕੋਈ ਹੱਕ ਏ ਚੱਕਣ ਦਾ, ਮੈਂ ਬਿਲਕੁਲ ਸਿਰਫ ਇੱਕ ਮੈਡੀਕਲ ਪੱਖ ਤੱਕ ਹੀ ਸੀਮਤ ਆ। ਦਰਅਸਲ ਜਿੰਨੇ ਵੀ ਇਹ ਖੋਜਾਂ ਤੁਸੀਂ ਦੇਖੋਗੇ ਹੁਣ ਤੱਕ ਦੀਆਂ ਹੋਈਆਂ, ਜਿੱਥੇ 60 ਦੇ ਨੇੜੇ ਤੇੜੇ ਦੇ ਜਿੰਨੇ ਵੀ ਇਸ ਤਰੀਕੇ ਦੇ IVF ਕਰਨ ਦੀ ਜੇ ਕੋਈ ਜ਼ਿਕਰ ਮਿਲਦਾ ਜੇ ਦੁਨੀਆਂ ਦੇ ਵਿੱਚ, ਇਹ ਨਹੀਂ ਹੈ ਕਿ ਕੋਈ ਅਨੋਖਾ ਕੇਸ ਪਹਿਲਾਂ ਹੋ ਗਿਆ, ਜਿਹੜੇ ਵੀ ਹੋਏ ਨੇ ਉਹਨਾਂ 'ਚ ਦੇਖਿਆ ਗਿਆ ਕਿ ਡੋਨਰ ਐਗਸ ਜਿਹੜੇ ਹੁੰਦੇ ਸੀ ਮਾਂ ਦੇ ਨਹੀਂ ਲਏ ਜਾਂਦੇ ਸੀ, ਇਹਨਾਂ ਕੇਸਿਸ ਵਿੱਚ ਮਾਂ ਦੇ ਡੋਨਰ ਐਗ ਨਹੀਂ ਲਏ ਜਾਂਦੇ, ਪਿਤਾ ਦਾ ਸਪਰਮ ਲੈ ਕੇ ਚੈੱਕ ਕਰਕੇ ਕਿ ਜੇ ਉਸ ਵਿੱਚ ਕੋਈ ਬਿਮਾਰੀ ਨਹੀਂ ਹੈ, ਕਿਉਂਕਿ ਜੇ ਤੁਸੀਂ 60 ਦੀ ਨੇੜੇ ਦੀ ਔਰਤ ਦਾ ਜੇ ਉਹਨੂੰ ਸਟਿਮੂਲੇਟ ਕਰਕੇ ਵਿੱਚੋਂ ਤੁਸੀਂ ਐਗਸ ਤਿਆਰ ਕਰਦੇ ਹੋ, ਕ੍ਰੋਮੋਸੋਮਲ ਅਨੋਮਲੀਜ਼ ਦੇ ਚਾਂਸ 80% ਹੋ ਜਾਂਦੇ ਜੇ, ਸੋ ਇਹੋ ਜਿਹਾ ਰਿਸਕ ਲਿਆ ਨਹੀਂ ਜਾਂਦਾ। ਸੋ ਇਹ ਐਗ ਕਿਸੇ ਨੌਜਵਾਨ ਔਰਤ ਦਾ ਲਿਆ ਜਾਂਦਾ ਤਾਂ ਕਿ ਪੂਰ ਚੜ ਸਕੇ, ਪਰ ਜਿਸ ਤਰੀਕੇ ਦੇ ਇਸ ਅਜੀਬ ਕਿਸਮ ਦੇ ਇਸ ਮਾਹੌਲ ਵਿੱਚ ਅਸੀਂ ਆਪਾਂ ਇਹ ਫਸਾ ਦਿੱਤਾ ਗਿਆ, ਉਹਦੇ ਵਿੱਚ ਯਕੀਨਨ ਸਭ ਤੋਂ ਵੱਧ ਓਨਸ ਡਾਕਟਰ ਤੇ ਹੀ ਆਉਣ ਵਾਲਾ ਜੇ ਜੋ ਮੈਨੂੰ ਜਾਪਦਾ, ਪਰ ਕਿਵੇਂ ਇਹ ਮੌਜੂਦਾ ਹਾਲਾਤ ਵਿੱਚ ਜੋ
ਯਾਨੀ ਵਿੰਗ ਤੜਿੰਗ ਕਰਕੇ ਪੋਲੀਟੀਕਲ ਮਾਹੌਲ ਜਿਵੇਂ ਇਸ ਵੇਲੇ ਦਾ ਸਾਜਿਆ ਪਿਆ, ਜਿੱਥੇ ਕੋਈ ਆਮ ਬੰਦਾ ਵੀ ਛੇਤੀ ਘੇਰੇ ਵਿੱਚ ਆ ਜਾਂਦਾ। ਸੋ ਇਸ ਤਰੀਕੇ ਦੇ ਮਾਹੌਲ ਵਿੱਚ ਕਿਵੇਂ ਇੱਕ ਟਾਰਗੇਟ ਕੀਤਾ ਜਾਣਾ ਇੱਕ ਟੱਬਰ ਨੂੰ, ਤੇ ਕਿਸ ਤਰੀਕੇ ਉਹ ਮਾਹੌਲ ਚੋਂ, ਤੁਸੀਂ ਸੋਚ ਕੇ ਦੇਖੋ, ਜਵਾਨ ਪੁੱਤ ਗਵਾਇਆ ਹੋਵੇ ਤੇ ਫਿਰ ਉਸ ਮਾਹੌਲ ਵਿੱਚੋਂ ਇੱਥੇ ਤੱਕ ਪਹੁੰਚ ਕੇ ਹੁਣ ਆਪਾਂ ਜੋ ਵੀ ਇਸ ਵੇਲੇ ਦੀਆਂ ਡਿਸਕਸ਼ਨ, ਮੈਂ ਸੋਚ ਸਕਦੀ ਇੱਕ ਮਾਂ ਜਾਂ ਇੱਕ ਪਿਓ ਤੇ ਕੀ ਬੀਤਦਾ ਹੋਏਗਾ ਕਿ ਜਿਹਨਾਂ ਨੂੰ ਇਸ ਵੇਲੇ ਖੁਸ਼ੀਆਂ ਦੀ ਥਾਂ ਤੇ ਪੂਰੇ ਯੂਟਿਊਬ ਤੇ ਪ੍ਰੋਗਰਾਮਾਂ ਦੇ ਵਿੱਚ ਇਹੋ ਜਿਹੇ ਵਿੱਚ ਪੁਣਨ ਦਾ ਮੌਕਾ ਮਿਲ ਗਿਆ ਹੋਵੇ। ਮੈਨੂੰ ਬਿਲਕੁਲ 1% ਵੀ ਇਹੋ ਜਿਹੀ ਚੀਜ਼ ਚੰਗੀ ਨਹੀਂ ਲੱਗ ਰਹੀ ਕਿ ਉਹਨਾਂ ਦੇ ਘਰ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ, ਅਸੀਂ ਖੁਸ਼ੀ 'ਚ ਸ਼ਾਮਿਲ ਹੋਣਾ ਚਾਹੀਦਾ। ਪਰ ਇੱਕ ਹੋਰ ਵੀ ਅਹਿਮ ਗੱਲ, ਹਾਲਾਂਕਿ ਬਹੁਤ ਹਟ ਕੇ ਮੈਂ ਗੱਲ ਕਰ ਰਹੀ ਹਾਂ ਕਿ ਸਾਡੇ ਅਸਲ ਵਿੱਚ ਮੁਲਕ ਵਿੱਚ ਇਹ ਸਿਸਟਮ ਓਨਾ ਵਧੀਆ ਡਿਵੈਲਪ ਹੋ ਨਹੀਂ ਸਕਿਆ ਕਿ ਸਾਡੇ ਅਣਗਿਣਤ ਬੱਚੇ ਸੁੱਟੇ ਪਏ ਨੇ, ਖਾਸ ਤੌਰ ਤੇ ਬੇਟੀਆਂ ਜਿਨ੍ਹਾਂ ਨੂੰ ਅਡੋਪਸ਼ਨ ਦਾ ਜੋ ਸਿਸਟਮ ਅਸੀਂ ਬੜਾ ਹੀ ਗਲਤ ਕੀਤਾ ਹੋਇਆ, ਉਹ ਨਹੀਂ ਲੈਣਾ ਚਾਹੁੰਦੇ। ਸੋ ਉਹ ਮੈਨੂੰ ਤੇ ਲੱਗਦਾ ਕਿ ਉਸ ਘਰ ਵਿੱਚ ਜੇ ਅਸੀਂ ਇੱਕ ਛੱਡ ਕੇ 20 ਮੂਸੇ ਵਾਲੇ ਹੋਰ ਅਡੋਪਟ ਕਰਕੇ ਉੱਥੇ ਬੱਚੇ ਤਿਆਰ ਕੀਤੇ ਜਾਂਦੇ ਤਾਂ ਉਹ ਤਾਂ ਹਰਾ ਭਰਾ ਕਿਲਕਾਰੀਆਂ ਨਾਲ ਭਰਿਆ ਵਿਹੜਾ ਹੋਰ ਵੀ ਹਰਾ ਭਰਾ ਹੋ ਜਾਂਦਾ। ਖੈਰ ਉਹਨਾਂ ਦਾ ਆਪਣਾ ਪੁੱਤ, ਉਹਨਾਂ ਦੀ ਆਪਣੀ ਮਰਜ਼ੀ, ਤੇ ਜਿਵੇਂ ਦੀ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਲੱਗਦਾ ਸਾਨੂੰ ਠੀਕ ਹੈ, ਪਰਮਾਤਮਾ ਉਹਨਾਂ ਦੇ ਘਰ ਵਿੱਚ ਇਸੇ ਤਰ੍ਹਾਂ ਖੁਸ਼ੀਆਂ ਬਣਾਈ ਰੱਖੇ, ਪਰ ਅੱਗੋਂ ਕਾਨੂੰਨ ਕੀ ਆਪਣਾ ਨੁਕਤਾ ਚੁੱਕ ਕੇ ਕਿਸ ਤਰੀਕੇ ਇਹ ਸਾਰਾ ਕੁਛ ਅੱਗੋਂ ਤੋਰਦਾ ਜੇ, ਇਹ ਤਾਂ ਹੁਣ ਜਿਹਨਾਂ ਨੇ ਇਹ ਇਨੀਸ਼ੀਏਟ ਕੀਤੀ ਹੈ ਗੱਲ ਉਹੀ ਜਾਣਨ। ਪਰ ਮੈਨੂੰ ਲੱਗਦਾ ਕਿ ਆਪਣੀ ਜਾਨ ਤੱਕ ਦੀ ਪਰਵਾਹ ਨਾ ਕਰਕੇ ਜੇ ਇੱਕ ਮਾਂ ਨੇ ਦੁਬਾਰਾ ਚਾਹਿਆ ਮੇਰੇ ਘਰ ਵਿੱਚ ਖੁਸ਼ੀਆਂ ਜੰਮਣ, ਮੇਰੇ ਘਰ ਵਿੱਚ ਫਿਰ ਉਸੇ ਤਰ੍ਹਾਂ ਇੱਕ ਮੂਸੇ ਵਾਲਾ ਹੋਰ ਹੋਏ, ਉਸ ਮਾਂ ਲਈ ਉਸ ਪਿਓ ਲਈ ਮੇਰੀਆਂ ਮੁਬਾਰਕਾਂ। ਪਰ ਇਹ ਕਾਨੂੰਨ ਜਿਹੜਾ ਸਾਡੇ ਮੁਲਕ ਦਾ ਜੇ, ਇਹਨੇ ਤਾਂ ਆਪਣਾ ਜ਼ਰੂਰ ਕੰਮ ਕਰਨਾ ਹੀ ਜੇ, ਸੋ ਉਹ ਕਿਸ ਪਾਸੇ ਨੂੰ ਤੁਰਦਾ ਜੇ ਸਮਾਂ ਦੱਸੇਗਾ। ਪਰ ਇਸ ਵੇਲੇ ਤੱਕ ਜੇ ਉਹ ਬਿਨਾਂ ਕੰਪਲੀਕੇਸ਼ਨ ਦੇ ਬੱਚਾ ਇਸ ਵੇਲੇ ਤੱਕ ਨੋਰਮਲ ਹੋ ਗਿਆ, ਬਹੁਤ ਖੁਸ਼ੀ ਦੀ ਗੱਲ ਹੈ ਕਿ ਉਸ ਮਾਂ ਨੇ ਆਪਣੀ ਡਿਪਰੈਸ਼ਨ ਵੱਲ ਜਾਂਦੇ ਆ ਜੋ ਉਹਦਾ ਸੀ ਝੁਕਾ, ਉਹਨੂੰ ਸਗੋਂ ਇੱਕ ਪੋਜ਼ਿਟਿਵ ਵੱਲ, ਪੋਜ਼ਿਟਿਵਿਟੀ ਵੱਲ ਲਿਆ ਕੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜੇ। ਬਸ ਇੱਕੋ, ਮੈਂ ਕੋਈ ਕਿਸੇ ਦੇ ਬੱਚੇ ਬਾਰੇ ਕੁਛ ਵੀ ਨਹੀਂ ਕਹਿ ਸਕਦੀ ਕਿ ਉਹ ਕਿਵੇਂ ਦਾ ਅੱਗੋਂ ਬਣੇਗਾ। ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹ ਪਹਿਲੇ ਪੁੱਤ ਨਾਲੋਂ ਵੀ 2 ਕਦਮ ਅਗਾਂਹ ਲੰਘੇ, ਹੋਰ ਨਾ ਉਤਾਂਹ ਕਰੇ ਤੇ ਸਾਰੇ ਭਾਰਤੀ ਉਹਦੇ ਉੱਤੇ ਫਖਰ ਕਰ ਸਕਣ। ਸੋ ਇਸ ਤਰੀਕੇ ਅਸੀਂ ਸਾਰਿਆਂ ਦੇ ਬੱਚਿਆਂ ਲਈ ਦੁਆਵਾਂ ਕਰਦੇ ਹਾਂ। ਪਰ ਹੁਣ ਇਸ ਚਿੱਠੀ ਚੋਂ ਕੀ ਅੰਤ ਨਿਕਲਦਾ ਜੇ, ਸਿਰਫ ਤੰਗ ਪਰੇਸ਼ਾਨ ਕੀਤਾ ਜਾਂਦਾ ਜਾਂ ਸਹੀ ਕਾਨੂੰਨ ਦੀ ਵਰਤੋਂ ਕੀਤੀ ਜਾਂਦੀ ਜੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਬਿਲਕੁਲ, ਇੱਥੇ ਦਰਸ਼ਕਾਂ ਲਈ ਅਪਡੇਟ ਦੱਸ ਦਿੰਦੇ ਹਾਂ ਕਿ ਇਸ ਮਾਮਲੇ 'ਚ ਕਿਉਂਕਿ ਪਰਿਵਾਰ ਨੇ ਜਦੋਂ ਇਤਰਾਜ਼ ਜਤਾਇਆ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਤਰਾਜ਼ ਜਤਾਇਆ ਸੀ ਬਲਕੌਰ ਸਿੰਘ ਹੋਰਾਂ ਨੇ, ਤਾਂ SSP ਨਾਨਕ ਸਿੰਘ ਹੋਰਾਂ ਨੇ, ਜੋ SSP ਮਾਨਸਾ ਨੇ, ਉਹਨਾਂ ਨੇ ਜਾ ਕੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਕਿਉਂਕਿ ਪਰਿਵਾਰ ਵੱਲੋਂ ਲਗਾਤਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਉਂਗਲ ਚੁੱਕੀ ਗਈ ਸੀ, ਜਦਕਿ ਇਹ ਲੈਟਰ ਜਿਹੜਾ ਉਹ ਭਾਰਤ ਸਰਕਾਰ ਦੇ ਜਿਹੜੀ ਹੈਲਥ ਮਿਨਿਸਟਰੀ ਹੈ ਉਧਰੋਂ ਆਇਆ ਸੀਗਾ, ਤੇ ਇਸ ਕਰਕੇ ਹਾਲ ਦੀ ਘੜੀ ਇਸ ਮਾਮਲੇ ਤੇ ਗਾਂਹ ਕੀ ਅਪਡੇਟ ਆਉਂਦੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। IVF ਨੂੰ ਲੈ ਕੇ ਜੋ ਕੰਪਲੀਕੇਸ਼ਨਸ ਨੇ ਜਾਂ ਜੋ ਕਾਨੂੰਨ ਕਹਿ ਰਹੇ ਆ ਉਹਦੇ ਉੱਤੇ ਉਹ ਤੁਹਾਡੇ ਨਾਲ ਵਿਸਥਾਰ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਗਾਂਹ ਵੀ ਸਾਨੂੰ ਕੋਈ ਵੀ IVF ਹੋਵੇ ਜਾਂ ਕੋਈ ਵੀ ਪੱਖ ਦੇ ਵਿੱਚ ਇੱਕ ਵਾਰੀ ਕਾਨੂੰਨੀ ਪੱਖ ਜ਼ਰੂਰ ਜਾਣਨਾ ਚਾਹੀਦਾ ਹੈ ਕਿ ਜੋ ਉਮਰ ਹੱਦ 21 ਤੋਂ 50 ਸਾਲ ਦੀ ਐਕਟ ਕੀ ਕਹਿੰਦਾ ਹੈ ਜਾਂ ਡਾਕਟਰਾਂ ਨੇ ਕੁਤਾਹੀ ਕਿੱਥੇ ਹੋਈ ਹੈ ਉਸ ਨੂੰ ਲੈ ਕੇ ਵੀ ਚਰਚਾ ਜਿਹੜੀ ਹੈ ਉਹ ਲਗਾਤਾਰ ਕੀਤੀ ਹੈ। ਵਿਚਾਰ ਕਮੈਂਟ ਕਰਿਓ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਜੀ। ਵੀਰੋ, ਡਾਕਟਰ ਅਸ਼ਿੰਦਰ ਕੌਰ ਜਿਹੜੇ ਮੈਡੀਕਲ ਬੋਰਡ ਦੇ
ਪਾਠ ਹੈਗੇ ਆ, ਉਹਨਾਂ ਨੇ ਪੂਰੀ ਤਫਸੀਲ ਦੇ ਨਾਲ IVF ਟੈਕਨੋਲੋਜੀ ਦੇ ਬਾਰੇ ਦੱਸਿਆ ਹੋਇਆ ਕਿ ਕਿਉਂ 21 ਤੋਂ ਲੱਗ ਕੇ 50 ਸਾਲ ਹੀ ਏਜ ਰੱਖੀ ਗਈ ਹੈ। ਉਹਦੇ ਉਹਨਾਂ ਨੇ ਕੁਛ ਕਾਰਨ ਦੱਸੇ ਹੈ, ਕੁਛ ਕੰਪਲੀਕੇਸ਼ਨਸ, ਕੁਛ ਮਿਸਾਇਲ ਸੀ ਜਿਸ ਕਰਕੇ ਇਸ ਏਜ ਦਾ ਜਿਹੜੀ ਗੋਲਡਨ ਏਜ ਸੀ ਉਹਦਾ ਹੀ ਪੀਰੀਅਡ ਜਿਹੜਾ ਉਹਨੂੰ ਸਿਲੈਕਟ ਕੀਤਾ ਗਿਆ ਹੈ। ਲੇਕਿਨ ਵੀਰੋ ਦੇਖੋ, ਸਿੱਧੂ ਮੂਸੇਵਾਲੇ ਦੀ ਫੈਮਿਲੀ ਇੱਕ ਐਕਸਪੈਸ਼ਨਲ ਕੇਸ ਹੈਗਾ ਵੈ। ਕੀ ਕੇਸ ਹੈ ਕਿ ਉਹਨਾਂ ਦਾ ਇੱਕ ਬੇਟਾ ਸੀ, ਇੱਕ ਸੈਲੈਬ੍ਰਿਟੀ ਸੀ, ਬਹੁਤ ਜ਼ਿਆਦਾ ਮਸ਼ਹੂਰ ਸੀ, ਜੈਦ ਬਹੁਤ ਹੈ, ਅਤੇ ਉਹਨਾਂ ਨੇ ਆਪਣੇ ਵੰਸ਼ ਦਾ ਨਾਮ ਕਾਇਮ ਰੱਖਣ ਵਾਸਤੇ ਇਹ ਸਟੈਪ ਚੁੱਕਿਆ। ਇੱਕ ਤਾਂ ਉਹਨਾਂ ਦੀ ਏਜ ਜ਼ਿਆਦਾ ਸੀ, ਉਹਨਾਂ ਨੂੰ ਪਤਾ ਸੀ, ਲੇਕਿਨ ਇਹਦੇ ਵਿੱਚ ਇਹ ਵੀ ਦੇਖੋ ਕਿ ਉਹਨਾਂ ਨੇ ਕਿੰਨਾ ਇਹਦੇ ਵਿੱਚ ਰਿਸਕ ਚੁੱਕਿਆ ਕਿ ਮਾਤਾ ਜਿਹੜੀ ਚਰਨ ਕੌਰ ਹੈ ਉਹਨਾਂ ਦੀ ਏਜ ਜ਼ਿਆਦਾ ਸੀ, ਕੋਈ ਵੀ ਉਹਨਾਂ ਵਾਸਤੇ ਇਸ਼ੂ ਬਣ ਸਕਦਾ ਸੀ। ਲੇਕਿਨ ਉਹਨਾਂ ਨੇ ਸਭ ਕੁਛ ਜਾਣਦਿਆਂ ਹੋਇਆ ਵੀ ਆਪਣਾ ਇਹ ਰਿਸਕ ਜਿਹੜਾ ਵੈ ਉਹਨੂੰ ਐਕਸੈਪਟ ਕੀਤਾ ਅਤੇ ਬੱਚੀ ਦੀ ਉਹਨਾਂ ਨੇ ਅਟੈਂਪਟੇਸ਼ਨ ਕੀਤੀ। ਹੁਣ ਬੱਚਾ ਆ ਗਿਆ ਵੈ। ਹਾਂ, ਇਹਦੇ ਵਿੱਚ ਦੇਖਿਆ ਜਾਵੇ ਤਾਂ ਜਿਹੜਾ IVF ਕਾਨੂੰਨ ਦੀ ਉਲੰਘਣਾ ਤਾਂ ਜ਼ਰੂਰ ਹੋਈ ਹੈ, ਲੇਕਿਨ ਇਹ ਹੁਣ ਫੈਸਲਾ ਜਦੋਂ ਕੇਸ ਚੱਲੇਗਾ ਅਦਾਲਤ ਕਰੇਗੀ, ਕਿਉਂਕਿ ਉਹਨਾਂ ਦੀ ਇੱਕ ਵੈਲਿਡ ਰੀਜ਼ਨ ਹੈਗੀ ਹੈ ਅਤੇ ਉਸ ਦੇ ਕਾਰਨ ਉਹਨਾਂ ਨੂੰ ਕੋਈ ਇਹ 'ਤੇ ਰਿਲੈਕਸੇਸ਼ਨ ਮਿਲੇਗੀ, ਏਜ ਰਿਲੈਕਸੇਸ਼ਨ, ਜਾਂ ਕਿ ਨਹੀਂ ਮਿਲੇਗੀ, ਇਹ ਤਾਂ ਅੱਗੇ ਜਾ ਕੇ ਪਤਾ ਚੱਲੇਗਾ। ਲੇਕਿਨ ਅਗਰ ਇਹਦੇ ਉੱਤੇ ਕਾਰਵਾਈ ਵੀ ਹੁੰਦੀ ਹੈ ਤਾਂ ਉਹਨਾਂ ਨੂੰ ਸਿਰਫ ਫਸਟ ਟਾਈਮ ਹੈ ਜੁਰਮਾਨਾ ਪੇਡ ਕਰਨਾ ਪਏਗਾ ਜਿਹੜਾ ਕਿ 2 ਤੋਂ 5 ਲੱਖ ਰੁਪਇਆ ਹੈ। ਲੇਕਿਨ ਜਿਸ ਤਰ੍ਹਾਂ ਕਿ ਫੈਨ ਦੀ ਬਹੁਤ ਜ਼ਿਆਦਾ ਭਾਵਨਾ ਹੈ, ਹਰ ਕੋਈ ਚਾਹੁੰਦਾ ਵੈ, ਹਰ ਕੋਈ ਇਸ ਨੂੰ ਖੁਸ਼ੀ ਹੈ, ਕੋਈ ਬੰਦਾ, ਇੱਕ ਬੰਦਾ ਵੀ ਇਸ 'ਤੇ ਇਤਰਾਜ਼ ਨਹੀਂ ਚੁੱਕ ਰਿਹਾ ਕਿ ਬੱਚਾ ਕਿਉਂ ਪੈਦਾ ਹੋਇਆ ਵੈ, ਇਹ ਗਲਤ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਅਤੇ ਵੀਰੋ ਮੇਰੀ ਇਹ ਪੱਖ ਹੈ ਕਿ ਕਾਨੂੰਨ ਨੂੰ ਚਾਹੀਦਾ ਵੈ ਕਿ ਇਹਨਾਂ ਨੂੰ ਇੱਕ ਸਪੈਸ਼ਲ ਕੇਸ ਦੇ ਜ਼ਰੀਏ ਇਹਨਾਂ ਨੂੰ ਮਾਫ਼ੀ ਦੇ ਦਿੱਤੀ ਜਾਵੇ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਪਹਿਲੇ ਲੋਸ ਹੋਇਆ ਵੈ, ਉਹਨਾਂ ਦਾ ਇੱਕ ਜ਼ਿੰਦਗੀ ਦਾ ਸਹਾਰਾ, ਖੁਸ਼ ਉਹਨਾਂ ਨੂੰ ਖੁਸ਼ੀਆਂ ਮਿਲੀਆਂ ਵੈ, ਅਤੇ ਲਿਹਾਜ਼ਾ ਉਹਨਾਂ ਨੂੰ ਇੱਕ ਭੱਲੇ ਦਾ ਕੰਮ ਹੈ, ਚੰਗਾ ਕੰਮ ਹੈ, ਤਾਂ ਉਹਨਾਂ ਨੂੰ ਇਸ ਕੇਸ ਦੇ ਵਿੱਚ ਮਾਫ਼ੀ ਦਿੱਤੀ ਜਾਵੇ। ਅਤੇ ਵੀਰੋ ਤੁਹਾਡੀ ਇਸ ਬਾਰੇ ਕੀ ਰਾਏ ਹੈ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।